ਇਹ ਆਮ ਨਾਲੋਂ ਹਟ ਕੇ ਮਿਲਣ ਵਾਲਾ ਜਨਰੇਟਰ ਹੈ। ਇਸ ਨੂੰ ਬਣਾਉਣ ਲਈ ਤੁਹਾਨੂੰ ਬਹੁਤ ਸਾਰੀਆਂ ਚੀਜ਼ਾਂ ਦੀ ਲੋੜ ਪਵੇਗੀ। ਇੱਕ ਫਿਲਮ ਕੈਨ ਵਿੱਚ ਗਲੀ ਕਰ ਲਓ, ਦੋਨੋਂ ਪਾਸਿਆਂ ਤੋਂ ਕੈੜੇ ਸਟਰਾਅ ਅਤੇ ਛੋਟੇ ਟੁਕੜੇ ਬੁਸ਼ ਬੀਅਰਿੰਗ ਦੀ ਤਰ੍ਹਾਂ ਜੋੜ ਲਓ। ਫਿਰ ਕੈਨ ਦੇ ਉੱਪਰ 600 ਤਾਂਬੇ ਦੀ ਤਾਰ ਦੇ ਕ੍ਰਿਸ ਕ੍ਰੋਸ ਦੇ ਗੇੜੇ ਚੜਾ ਲਓ। ਕੋਇਲ ਨੂੰ ਗੂੰਦ ਨਾਲ ਜੋੜ ਲਓ। ਕਾਗਜ਼ ਦੇ ਕੱਪ ਨਾਲੋਂ ਟੇਪਰ ਬਲੇਡ ਕੱਟ ਲਓ, ਕਿਉਂਕਿ ਕੱਪ ਗੋਲ ਹੁੰਦਾ ਹੈ, ਸੋ ਇਹ ਬਲੇਡ ਵੀ ਮੁੜੇ ਹੋਏ ਹੋਣਗੇ ਅਤੇ ਹਵਾ ਖਿੱਚਣਗੇ। 7 ਬਲੇਡਾਂ ਦੇ ਕਿਨਾਰਿਆਂ ਨੂੰ ਖੁੰਡਾ ਕਰ ਲਓ। ਇਸ ਨਾਲ ਰੋਟਰ ਬੜਾ ਰੋਟਰ ਬਣ ਜਾਵੇਗਾ। ਕੰਢੇ ਵਿਚਕਾਰ ਸਾਈਕਲ ਦੇ ਗੱਜ ਦੇ ਨੱਟ ਨੂੰ ਫਿੱਟ ਕਰ ਲਓ। ਇਸ ਨਾਲ ਰੋਟਰ ਪੂਰਾ ਬਣ ਜਾਵੇਗਾ। ਇੱਕ ਰਬੜ ਦੇ ਟੁਕੜੇ ਉੱਪਰ 4 ਕੈੜੀਆਂ ਡੰਡੀਆਂ ਲਗਾਓ ਅਤੇ ਗੂੰਦ ਨਾਲ ਉਹਨਾਂ ਦੇ ਵਿਚਕਾਰ ਇੱਕ ਸੀਡੀ ਦਾ ਟੁਕੜਾ ਜੋੜ ਦਿਓ। ਫਿਲਮ ਕੈਨ ਦੇ ਥੱਲੇ ਨੂੰ ਕੱਟ ਦਿਓ ਤਾਂ ਕਿ ਇਹ ਇੱਕ ਬੜੇ ਧਿਆਨ ਨਾਲ ਗੂੰਦ ਅਤੇ ਧਾਗੇ ਨਾਲ ਫਿਲਮ ਕੈਨ ਨੂੰ 4 ਡੰਡੀਆਂ ਨਾਲ ਬੰਨ ਦਿਓ। LED ਦੇ 2 ਹਿੱਸਿਆਂ ਨੂੰ ਤਾਰ ਨਾਲ ਜੋੜ ਦਿਓ। ਰੋਟਰ ਢੱਕਣ ਦੇ ਵਿਚਕਾਰਲੇ ਨੱਟ ਨਾਲ ਸਾਈਕਲ ਦੇ ਗੱਜ ਨੂੰ ਜੋੜ ਦਿਓ। ਗੱਜ ਦੇ ਅਖੀਰ ਵਿੱਚ ਬਾਲ ਪੈਨ ਦੀ ਰੀਫਿਲ ਦਾ ਟੁਕੜਾ ਜੋੜ ਦਿਓ। ਰੋਟਰ ਨੂੰ ਲਓ ਅਤੇ ਫਿਲਮ ਕੈਨ ਬੇਅਰਿੰਗ ਦੇ ਵਿੱਚ ਗੱਜ ਨੂੰ ਪਾ ਦਿਓ। ਰਬੜ ਨੂੰ ਵਿਚਕਾਰ ਵੱਲ ਨੂੰ ਧੱਕੋ ਅਤੇ ਗੱਜ ਦੇ ਅਖੀਰ ਵਿੱਚ ਰੀਫਿਲ ਦੇ ਟੁਕੜੇ ਨੂੰ ਜੋੜ ਦਿਓ। ਰੋਟਰ ਬਾਲ ਦੀ ਟਿਪ ਦੇ ਆਲੇ ਦੁਆਲੇ ਘੁੰਮੇਗਾ। ਪੀਲੀ ਰਬੜ ਦੇ ਨਾਲ 2 ਬਹੁਤ ਸ਼ਕਤੀਸ਼ਾਲੀ ਨਿਊਡੇਨੀਅਮ ਚੁੰਬਕਾਂ ਨੂੰ ਜੋੜ ਦਿਓ। ਕੋਇਲ ਦੇ ਕੋਨਿਆਂ ਨੂੰ ਰਗੜੋ ਅਤੇ ਉਹਨਾਂ ਨੂੰ LED ਦੇ ਨਾਲ ਜੋੜ ਦਿਓ। ਹਵਾ ਵਾਲਾ ਜਨਰੇਟਰ ਤਿਆਰ ਹੈ। ਇਸ ਨੂੰ ਛੱਤ ਵਾਲੇ ਪੱਖੇ ਦੇ ਥੱਲੇ ਰੱਖੋ। ਚੁੰਬਕਾਂ ਦੇ ਨਾਲ ਰੋਟਰ ਵੀ ਘੁੰਮੇਗਾ। ਕੋਇਲ ਦੇ ਵਿੱਚ ਥੋੜਾ ਜਿਹਾ ਕਰੰਟ ਪੈਦਾ ਹੋਵੇਗਾ ਜਿਸ ਨਾਲ LED ਜਗ ਪਵੇਗਾ।